ਸਿੱਖ ਨੌਜਵਾਨ ਸੇਵਾ ਸੁਸਾਇਟੀ ਲੁਧਿਆਣਾ ਅਤੇ ਫਤਿਹ ਟੀਵੀ ਵੱਲੋਂ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸਫਰੇ ਸ਼ਹਾਦਤ ਸਮਾਗਮ ਮਿਤੀ 22 ਦਸੰਬਰ 2018 ਦਿਨ ਸ਼ਨੀਵਾਰ ਨੂੰ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਗੁਰਜਸ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸ਼ੁਭ ਅਸੀਸਾਂ ਭਾਈ ਸਾਹਿਬ ਭਾਈ ਗੁਰ ਇਕਬਾਲ ਸਿੰਘ ਜੀ ਅਤੇ ਮਾਤਾ ਵਿਪਨਪ੍ਰੀਤ ਕੌਰ ਜੀ। ਵਧੇਰੇ ਜਾਣਕਾਰੀ ਲਈ ਸਕਰੀਨ ਤੇ ਦਿੱਤੇ ਜਾ ਰਹੇ ਨੰਬਰਾਂ ਤੇ ਸੰਪਰਕ ਕਰੋ ਜੀ। ਇਸ ਸਮਾਗਮ ਦਾ ਸਿੱਧਾ ਪ੍ਰਸਾਰਣ ਫਤਿਹ ਟੀਵੀ ਵੱਲੋਂ ਕੀਤਾ ਜਾਵੇਗਾ। ਨਿਗਰਾਨ ਸੇਵਾ ਸੰਸਥਾ ਵੱਲੋਂ ਰੇਲਵੇ ਅਤੇ ਰੋਡ ਹਾਦਸਿਆਂ ਤੋਂ ਬਚਾਓ ਸੰਬੰਧੀ 2011 ਅਤੇ 12 ਵਿੱਚ ਦਿੱਤੇ ਗਏ ਸੁਝਾਵਾਂ ਨੂੰ ਅੱਜ ਤੀਸਰੀ ਵਾਰ ਇੱਕ ਵਾਰ ਫਿਰ ਸਾਂਝੇ ਕਰਦੇ ਹੋਏ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਦੇਸ਼ ਦੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਅਤੇ ਰੇਲਵੇ ਮੰਤਰੀ ਪਿਊਸ਼ ਗੋਇਲ ਨੂੰ ਭੇਜਿਆ ਗਿਆ। ਸੰਸਥਾ ਮੁਖੀ ਜਸਵੰਤ ਸਿੰਘ ਧੰਜਲ ਦਾ ਕਹਿਣਾ ਸੀ ਕਿ ਜੇਕਰ ਰੇਲਵੇ ਵਿਭਾਗ ਨੇ ਉਹਨਾਂ ਵੱਲੋਂ ਦਿੱਤੇ ਗਏ ਸੁਝਾਵਾਂ 'ਤੇ ਗੌਰ ਕੀਤਾ ਹੁੰਦਾ ਤਾਂ ਅੰਮ੍ਰਿਤਸਰ ਵਿਖੇ ਏਡਾ ਵੱਡਾ ਹਾਦਸਾ ਨਾ ਵਾਪਰਦਾ। ਉਹਨਾਂ ਇਹ ਵੀ ਕਿਹਾ ਹੈ ਕਿ ਉਹਨਾਂ ਵੱਲੋਂ ਦਿੱਤੇ ਜਾ ਰਹੇ ਸੁਝਾਅ ਦੇਸ਼ ਹਿੱਤ ਲਈ ਹਨ, ਇਸ ਲਈ ਸੰਬੰਧਿਤ ਵਿਭਾਗ ਦੇ ਮੰਤਰੀਆਂ ਨੂੰ ਦਿੱਤੇ ਜਾ ਰਹੇ ਇਹਨਾਂ ਸੁਝਾਵਾਂ 'ਤੇ ਗੌਰ ਕਰਦੇ ਹੋਏ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਪਹਿਲਾਂ ਤਾਂ ਮੈਂ ਸਾਰੇ ਹਿੰਦੁਸਤਾਨ ਵਾਸੀਆਂ ਨੂੰ ਔਰ ਜਿੰਨੇ ਵੀ ਸਾਡੇ ਬਾਹਰਲੇ ਦੇਸ਼ਾਂ ਵਿੱਚ ਵੀਰ ਭਰਾ ਬੈਠੇ ਨੇ ਸਾਰਿਆਂ ਨੂੰ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਵੀ ਚਾਹੇ ਕਿਸੇ ਵੀ ਸੰਸਥਾ ਵੱਲੋਂ ਜਾਂ ਆਮ ਸੰਸਥਾ ਵੱਲੋਂ ਜਾਂ ਆਮ ਕਿਸੇ ਵਿਅਕਤੀ ਵੱਲੋਂ ਸਰਕਾਰਾਂ ਨੂੰ ਕੋਈ ਵੀ ਮੈਮੋਰੈਂਡਮ ਦਿੱਤਾ ਜਾਂਦਾ, ਕੋਈ ਜਾਣਕਾਰੀ ਦਿੱਤੀ ਜਾਂਦੀ ਆ, ਤਾਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਨੂੰ ਐਵੇਂ ਨਾ ਇੱਧਰ ਉੱਧਰ ਕਰਦਿਆ ਕਰੋ ਅਤੇ ਉਹਨਾਂ ਨੂੰ ਜਿਹੜਾ ਗੌਰ ਫਰਮਾਇਆ ਕਰੋ ਤਾਂ ਕਿ ਸਾਡੇ ਦੇਸ਼ ਦੇ ਵਿੱਚ ਜਿਹੜੇ ਵੱਡੇ ਵੱਡੇ ਨੁਕਸਾਨ ਹੁੰਦੇ ਆ ਉਹਨਾਂ ਤੋਂ ਬਚਾਅ ਹੋ ਸਕੇ। ਅਸੀਂ 2011 ਔਰ 2012 ਦੇ ਵਿੱਚ ਮੈਮੋਰੈਂਡਮ ਰਾਹੀਂ ਦਿੱਤੇ ਸੀ ਭਾਰਤ ਸਰਕਾਰ ਨੂੰ 13 ਪੁਆਇੰਟ ਦਿੱਤੇ ਸੀ ਜਿਹੜੀਆਂ ਸਾਡੇ ਭਾਰਤ ਦੇਸ਼ ਦੇ ਅੰਦਰ ਬਹੁਤ ਜ਼ਿਆਦਾ ਜ਼ਰੂਰਤਾਂ ਨੇ ਔਰ ਬਹੁਤ ਖਾਮੀਆਂ ਨੇ ਔਰ ਉਹਨਾਂ ਦੇ ਅੰਦਰ ਬਦਲਾਵ ਹੋਣੇ ਅਤਿ ਜ਼ਰੂਰੀ ਨੇ। ਜਿਵੇਂ ਜੋ ਲਾਈਨਾਂ ਸ਼ਹਿਰਾਂ ਦੇ ਵਿੱਚੋਂ ਗੁਜ਼ਰਦੀਆਂ ਨੇ, ਪਿੰਡਾਂ ਦੇ ਵਿੱਚੋਂ ਗੁਜ਼ਰਦੀਆਂ ਨੇ, ਆਬਾਦੀ ਦੇ ਇਲਾਕਿਆਂ 'ਚੋਂ ਕਿਤੋਂ ਵੀ ਗੁਜ਼ਰਦੀਆਂ ਨੇ, ਅਤੇ ਉਹਨਾਂ ਦੇ ਆਸੇ ਪਾਸੇ 7 ਫੁੱਟ ਉੱਚੀ ਮਤਲਬ ਦੋਨੇ ਸਾਈਡਾਂ ਦੇ ਉੱਪਰ ਰੇਲਿੰਗ ਲਗਾਈ ਜਾਵੇ ਜਿੰਨੀ ਦੂਰ ਤੱਕ ਆਬਾਦੀ ਫੈਲੀ ਹੋਈ ਆ, ਔਰ ਫਿਰ ਦੋਨਾਂ ਸਾਈਡਾਂ ਦੇ ਉੱਪਰ ਇੱਕ ਇੱਕ ਗਾਰਡ ਵੀ ਤਾਇਨਾਤ ਕੀਤਾ ਜਾਵੇ ਤਾਂ ਕਿ ਉਹਨਾਂ ਦੇ ਵਿੱਚ ਕੋਈ ਡੰਗਰ ਵੀ ਨਾ ਜਾ ਸਕੇ, ਐਕਸੀਡੈਂਟ ਤੋਂ ਬਚਾਓ ਰਹੇ। ਅਗਰ ਇਹਦੇ ਉੱਪਰ ਸਾਡੀ ਕੀਤੀ ਹੋਈ ਜਿਹੜੀ ਫਰਿਆਦ ਸੀਗੀ, ਸੁਝਾਵ ਸੀ, ਇਹਦੇ ਉੱਪਰ ਭਾਰਤ ਸਰਕਾਰ ਨੇ ਪਹਿਲਾਂ 2011 ਔਰ 12 ਦੇ ਵਿੱਚ ਅਸੀਂ ਦਿੱਤਾ, ਉਸ ਟਾਈਮ ਕੋਈ ਗੌਰ ਕੀਤੀ ਜਾਂਦੀ ਤਾਂ ਜਿਹੜਾ ਅੰਮ੍ਰਿਤਸਰ ਦੇ ਵਿੱਚ ਐਡਾ ਵੱਡਾ ਹਾਦਸਾ ਹੋਇਆ ਉਹ ਨਾ ਵਾਪਰਦਾ ਔਰ ਇੰਨਾ ਜਾਨੀ ਅਤੇ ਮਾਲੀ ਸਾਡਾ ਜਿਹੜਾ ਨੁਕਸਾਨ ਨਾ ਹੁੰਦਾ। ਹੁਣ ਫਿਰ ਦੁਬਾਰਾ ਅਸੀਂ ਇਹੀ ਪਿਊਸ਼ ਗੋਇਲ ਜੀ ਨੂੰ ਨਾਲੇ ਵਧਾਈ ਦਿੰਦੇ ਹਾਂ ਰੇਲਵੇ ਮੰਤਰੀ ਬਣਦੇ, ਔਰ ਨਾਲੇ ਉਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜਿੱਥੇ ਵੀ ਸ਼ਹਿਰ ਦੇ ਵਿੱਚ ਇਹ ਖਾਮੀਆਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ, ਔਰ ਜਿਹਨਾਂ ਰੇਲਾਂ ਦੇ ਜਿਹਨਾਂ ਆਬਾਦੀ ਵਾਲੇ ਏਰੀਆ ਦੇ ਵਿੱਚ ਫਾਟਕ ਵੀ ਨਹੀਂ ਹਜੇ ਬਣੇ ਹੋਏ, ਲੋਕ ਉੱਥੋਂ ਕਿੱਦਾਂ ਕਿੱਦਾਂ ਲੰਘਦੇ ਨੇ, ਕਿੱਦਾਂ ਕਿੱਦਾਂ ਤੁਹਾਨੂੰ ਬਚਾਓ ਕਰਨਾ ਪੈਂਦਾ, ਉਹਨਾਂ ਦੇ ਉੱਪਰ ਵੀ ਇੱਕ ਗਾਰਡ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਤਾਂ ਕਿ ਪੁਲਿਸ ਦੇ ਡਰ ਨਾਲ ਉਹ ਫਿਰ ਲੋਕ ਆਪੋ ਆਪਣੀਆਂ ਸਾਈਡਾਂ 'ਤੇ ਖੜ੍ਹਨ ਔਰ ਜਲਦੀ ਤੋਂ ਜਲਦੀ ਉੱਥੇ ਫਾਟਕ ਲਗਵਾਏ ਜਾਣ, ਇਹ ਬੇਨਤੀ ਕਰਦੇ ਹਾਂ। ਦੂਜੀ ਬੇਨਤੀ ਅਸੀਂ ਟਰਾਂਸਪੋਰਟ ਮੰਤਰੀ ਸ਼੍ਰੀ ਨਿਤਿਨ ਗਡਕਰੀ ਜੀ ਨੂੰ ਪੁਰਜ਼ੋਰ, ਸਾਰਿਆਂ ਨੂੰ ਮੰਤਰੀਆਂ ਨੂੰ ਔਰ ਭਾਰਤ ਸਰਕਾਰ ਨੂੰ ਪੁਰਜ਼ੋਰ ਇਹ ਬੇਨਤੀ ਕਰਦੇ ਹਾਂ ਕਿ ਜਿੰਨੇ ਵੀ ਵੱਡੇ ਵੱਡੇ ਟਰੱਕ ਨੇ, ਵੱਡੀਆਂ ਵੱਡੀਆਂ ਟਰਾਲੀਆਂ ਨੇ, ਇਹ ਦੇਖੋ ਜਦੋਂ ਲੰਘਦੀਆਂ ਨੇ ਗੁਜ਼ਰਦੀਆਂ ਨੇ ਤਾਂ ਇਹਨਾਂ ਦੇ ਵੱਡੇ ਵੱਡੇ ਟਾਇਰ ਹੁੰਦੇ ਆ ਸਾਈਡਾਂ ਤੋਂ ਲੰਘਣ ਵਾਲੇ, ਜਿਹੜੇ 2-ਵੀਲਰ ਸਾਡੇ ਵੀਰ ਭੈਣਾਂ ਬੱਚੇ ਨੇ, ਸਕੂਲੀ ਬੱਚੇ ਆ, ਕੰਮਾਂ 'ਤੇ ਜਾਣ ਵਾਲੇ ਨੇ, ਇਹਨਾਂ ਨੂੰ ਇੰਨਾ ਸਾਨੂੰ ਡਰ ਲੱਗਦਾ ਰਹਿੰਦਾ ਕਿਤੇ ਇਹਦੇ ਥੱਲੇ ਨਾ ਵੜ ਜਾਈਏ, ਔਰ ਇਹ ਸੱਚਾਈ ਹੈ ਇੱਕ। ਇਸ ਤਰ੍ਹਾਂ ਬਹੁਤ ਮੌਤਾਂ ਸਾਡੇ ਦੇਸ਼ ਦੇ ਵਿੱਚ ਹੋ ਰਹੀਆਂ ਨੇ, ਜਿਹੜਾ ਕੋਈ ਕਾਰ ਦੀ ਕੋਈ ਬ੍ਰੇਕ ਹੋ ਗਈ ਜਾਂ ਕੋਈ ਅਚਾਨਕ ਕਿਸੇ ਤਰ੍ਹਾਂ ਇਹਨਾਂ ਦੇ ਵਿੱਚ ਵੜ ਜਾਂਦੀਆਂ ਨੇ, ਔਰ 2-ਵੀਲਰ ਵਾਲੇ ਵਿਚਾਰੇ ਸਾਈਡ ਤੋਂ ਕੋਈ ਮਾੜੀ ਜਿਹੀ ਕੋਈ ਗੱਲਬਾਤ ਹੋਈ ਤਾਂ ਭੀੜ ਦੇ ਨਾਲ ਇਹਨਾਂ ਦੇ ਥੱਲੇ ਵੜ ਜਾਂਦੇ ਆ ਅਤੇ ਮੌਤਾਂ ਹੋ ਜਾਂਦੀਆਂ ਨੇ। ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ, ਸਾਡੇ ਜਿਹੜੇ ਸੁਝਾਅ ਅਸੀਂ ਦੇਸ਼ ਪ੍ਰਤੀ ਦਿੰਦੇ ਹਾਂ ਇਹਨਾਂ ਉੱਤੇ ਗੌਰ ਫਰਮਾਈ ਜਾਵੇ, ਇਹ ਰੇਲਵੇ ਮੰਤਰੀ ਸਾਹਿਬ ਔਰ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਪੁਰਜ਼ੋਰ ਮੰਗ ਫਿਰ ਕਰਦੇ ਹਾਂ ਕਿ ਇਹਨਾਂ ਉੱਪਰ ਗੌਰ ਕੀਤੀ ਜਾਵੇ ਔਰ ਇਹਨਾਂ ਦਾ ਹੱਲ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ, ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।